दुनिया दे ओ कौन है बंदियां जो है जेड़ा कदे बुढ़ा ही नहीं हुंदा। तुसी भी बुढ़े हो गए, ठीक है, अगे अपने दादे परदादे भी बुढ़े होके चल गए, वो कौन है जेड़ा बुढ़ा ही नहीं हुंदा कदे भी? हाँ बिलकुल भाई जी, तुसी 100 साल दे हो तो वो भी 100 साल दा, वो बुढ़ा नहीं हुंदा। अच्छा जी, हाँ है बंदा। हाँ जी ਤੁਸੀਂ ਉਹ ਬੰਦਾ ਦੇਖਿਆ ਵੀ ਹੈ, ਤੁਸੀਂ ਵੀ ਦੇਖੇ, ਤੁਸੀਂ ਵੀ ਦੇਖੇ ਹੀ ਹੈ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਨਾ ਜੀ ਯਾਰ, ਬੰਦੇ ਤੁਹਾਡਾ ਦਿਮਾਗ ਨੂੰ ਕੀ ਹੋ ਗਿਆ, ਬੰਦੇ ਤੇ ਬੋਰਡ ਚ ਫਰਕ ਹੈ? ਹੁਣ ਹੁਣ ਜੇ ਇਹ ਤਾਂ ਉਹ ਗੱਲ ਹੋ ਗਈ ਵੀ ਮੈਨੂੰ ਇੱਟ ਦਾ ਦਿਲ ਕੱਢ ਕੇ ਦੇ ਜਾਂ ਇੱਟ ਦਾ ਖੂਨ ਕੱਢ ਕੇ ਦੇ, ਹੈ? ਨਾ ਜੀ, ਨਹੀਂ ਗੱਲ ਇਹਨਾਂ ਦੀ ਸਹੀ ਹੈ, ਦਰਖਤ ਵੀ ਸਾਹ ਲੈਂਦੇ ਨੇ ਯਾਰ, ਦਰਖਤ ਸਾਹ ਲੈਂਦੇ ਆ, ਦਰਖਤ ਜਿਉਂਦੇ ਆ, ਮੰਨਦੇ ਆ ਗੱਲ, ਮੈਂ ਸਾਰੀ ਗੱਲ ਮੰਨਦਾ। ਇਹ ਤਾਂ ਉਹ ਗੱਲ ਹੋ ਗਈ, ਮੈਂ ਬੰਦਾ ਕਹੀ ਜਾਂਦਾ ਵੀ ਚਿੜੀਆਂ ਦਾ ਦੁੱਧ ਲੈ ਕੇ ਆਉਣ, ਚਿੜੀਆਂ ਦੇ ਥਾਣੀ ਨੀ ਦੁੱਧ ਕਿੱਥੋਂ ਲਿਆਵਾਂਗੇ? ਇਹ ਦੇਖੋ ਜੀ, ਅਸੀਂ ਉਹਨਾਂ ਨੂੰ ਸਹਿਬ ਤਾਂ, ਹਾਂ ਭੂਤ ਬੁੜੇ ਨਹੀਂ ਹੁੰਦੇ, ਭੂਤ ਦੇਖਿਆ ਕਿਹੜੇ ਗੰਜਰ ਨੇ ਮੈਨੂੰ ਐਂ ਦੱਸੋ, ਤੁਹਾਡੇ ਚੋਂ ਕਿਹੜੇ ਨੇ ਦੇਖੇ? ਤੈਂ ਤੈਂ ਕਿਹੜੇ ਵੇਲੇ ਭੂਤ ਨਾਲ ਗੀਟੀਆਂ ਖੇਡਣੀਆਂ ਯਾਰ? ਜੇ ਭੂਤ ਹੈਗਾ ਤਾਂ ਦੱਸ ਯਾਰ, ਭੂਤ ਦਾ ਦੱਸ ਵੀ ਹੈਗਾ ਕਹੇ ਨੀ, ਕਿੱਥੇ ਆ ਲਿਆ ਲਿਆ ਭੂਤ ਨੂੰ ਬੁਲਾ ਲੈ, ਆਪਾਂ ਭੂਤ ਨਾਲ ਕੈਮਰੇ ਦੀ ਗੱਲ ਕਰਦੇ ਆ ਜੀ, ਠੀਕ ਹੈ? ਬੁਲਾ ਤੇਰਾ ਕਿਹੜਾ ਭੂਤ ਹੈ ਬੁਲਾ ਨੂੰ ਯਾਰ, ਲੈ ਦੇਖੋ, ਦਰਖਤ ਸਾਹ ਲੈਂਦੇ ਆ, ਦਰਖਤਾਂ ਦੇ ਵਿੱਚ ਜਾਨ ਹੈ, ਇਹ ਗੱਲ ਤੋਂ ਮੁੱਕਰਿਆ ਨਹੀਂ ਜਾ ਸਕਦਾ, ਇਹ ਸਾਇੰਸ ਕਹਿੰਦੀ ਹੈ, ਆਪਾਂ ਵੀ ਕਹਿੰਦੇ, ਉਹ ਵੱਧਦੇ ਆ, ਉਹਨਾਂ ਦੇ ਵਿੱਚ ਜਾਨ, ਪੱਥਰਾਂ 'ਚ ਵੀ ਜਾਨ ਹੈਗੀ ਹੈ, ਠੀਕ ਹੈ, ਪੱਥਰ ਵੀ ਵੱਧਦੇ ਆ, ਠੀਕ ਹੈ, ਪਰ ਅਸੀਂ ਬੰਦੇ ਦੀ ਗੱਲ ਕਰ ਰਹੇ ਹਾਂ, ਉਹ ਕਿਹੜਾ ਬੰਦਾ ਹੈ ਜਿਹੜਾ ਬੁੱਢਾ ਨਹੀਂ ਹੁੰਦਾ? ਜਿਹੜਾ ਬੁੱਢਾ ਲਾਓ ਯਾਰ ਦਿਮਾਗ ਯਾਰ, ਬੰਦਾ ਆਪਾਂ ਆ ਤਾਂ ਸੁਣ, ਲੋਕੀ ਬੈਠ ਗਿਆ ਤੁਹਾਡੇ ਨਾਲ, ਅਸੀਂ ਕਹਿ ਰਹੇ ਕਿ ਭੂਤ ਨਹੀਂ ਬੁੜਾ ਹੁੰਦਾ, ਇਹ ਮੰਨਦੇ ਆ, ਭੂਤ ਦੇਖਿਆ ਦੇਖਿਆ, ਇਹਨਾਂ ਨੇ ਤਾਂ ਫੜੇ ਵੀ ਨੇ, ਇਹਨਾਂ ਨੇ ਤਾਂ ਭੂਤ ਫੜੇ ਵੀ, ਹਾਂ ਹਾਂ, ਉੱਪਰ ਫੜੇ ਨੇ ਭੂਤ, ਇਹਨਾਂ ਨੇ ਤਾਂ ਅਸੀਂ ਦੇਖੇ, ਹਾਂ ਛੋਟੇ ਕੋਲੇ ਤਾਂ ਜੀ ਟੂਨੇ ਟੱਪਣ ਵਾਲਾ ਮਹਿਕਮਾ ਹੈਗਾ, ਹਾਂ ਸਾਰਾ ਇਹਨਾਂ ਨੇ ਭੂਤ ਫੜੇ, ਕੋਈ ਬੁੱਢਾ ਭੂਤ ਵੀ ਤੁਹਾਡੇ ਹੱਥ ਲੱਗਿਆ ਕਦੇ ਤੇ ਨੌਜਵਾਨ ਭੂਤ ਹੀ ਫੜਿਆ ਤੁਸੀਂ? ਬੁੱਢਾ ਨਹੀਂ ਹੁੰਦਾ ਜੀ, ਬੁੱਢਾ ਤਾਂ ਕਿਉਂ ਨਹੀਂ ਹੁੰਦਾ, ਬੁੱਢਾ ਕੋਲ ਦੁਨੀਆ ਹੁੰਦੀ ਨਹੀਂ, ਉਹ ਤਾਂ ਯਾਰ ਗੱਲ, ਜਮਾ ਜਵਾਨ ਹੀ ਰਹਿੰਦਾ, ਜਮਾ ਤਾਂ ਬੜੀ ਚੀਜ਼ ਰਹਿ ਗਈ ਹੋਰ ਜੀ, ਨਾ ਜੀ ਨਾ ਜੀ, ਅਸੀਂ ਤਾਂ ਬੰਦੇ, ਤੁਸੀਂ ਕੀ ਹੋ ਗਿਆ ਤੁਹਾਡੇ ਖੋਪੜ, ਅਸੀਂ ਬੰਦੇ ਦੀ ਗੱਲ ਕਰਦੇ ਆ, ਕਦੇ ਤੁਸੀਂ ਦਰਖਤ ਲੈ ਆਉਣੇ ਹੋ, ਕਦੇ ਇੱਟਾਂ, ਕਦੇ ਕੁਛ, ਟਾਈਮ ਵੀ ਨਹੀਂ ਹੋਏਗਾ ਤੂੰ ਹੋਰ ਕੀ ਕਹਿਣ ਲੱਗ ਗਿਆ, ਤੁਸੀਂ ਤਾਂ ਜਵਾਨ ਤਾਂ ਤੜਾ ਗਈ ਪਹਿਲੀ, ਕੌਣ ਹੈ ਜਿਹੜਾ ਜਵਾਨ ਹੀ ਰਹਿੰਦਾ, ਠੀਕ ਹੈ ਜੀ, ਸਾਰੀ ਉਮਰ ਜਵਾਨ ਰਹਿੰਦਾ ਜੀ, ਹਾਂ ਲੈਂਦੇ ਪੰਗਾ ਇੱਥੇ ਛੱਡਦੇ ਨਾ, ਇੱਥੇ ਛੱਡਦੇ, ਉਹ ਆਉਂਦੇ ਨੇ ਜਿਹੜੇ ਆਪਣੀ ਵਧਾਈ ਲੈਣ ਆਉਂਦੇ ਨੇ ਜੀ, ਕੌਣ ਹੈ ਮਤਲਬ ਕੀ ਕਹਿੰਦੇ, ਕਿਉਂ ਕੀ ਗੱਲ, ਉਹਨਾਂ ਦੇ ਗੋਡੇ ਨਹੀਂ ਦੁਖਦੇ ਹੈ, ਉਹਨੂੰ ਤੂੰ ਬੁੱਢਾ ਕਹਿ ਨਹੀਂ ਸਕਦਾ, ਤੋਂ ਬਾਹਰ ਹੋ ਖੁਸਰੇ ਕਹਿਣਾ ਤੂੰ, ਇਹ ਬਈ ਯਾਰ ਜਵਾਨੀ ਪਹਿਰੇ ਚ ਮਰੇ ਹੋਏ ਕਿਸ ਦਾ ਬੁੱਢਾ ਨਹੀਂ, ਨਹੀਂ ਯਾਰ ਜਵਾਨੀ ਪਹਿਰੇ ਦਾ ਕੀ ਮਤਲਬ ਹੈ, ਉਹ ਸਾਹ ਲੈਂਦਾ, ਸਾਹ ਲੈਂਦਾ ਜਿਉਂਦਾ, ਜਵਾਨ ਰਹਿੰਦਾ ਸਾਰੀ ਉਮਰ, ਕੌਣ ਹੈ ਉਹ? ਸਾਡੇ ਤਾਂ ਜੀ ਸਾਹਿਬ ਚੋਂ ਨੀ ਲਾਰੇ ਨੂੰ ਅਸੀਂ ਕਿਹੜਾ ਕੋਈ ਸੁੱਤ ਚੀਜ਼ ਮੰਗਣਾ ਆਏ ਜੀ, ਹੈ ਰਾਵਣ ਰਾਵਣ ਸਾਹ ਕਰ ਸਾਲ ਬਚਾਉਂਦੇ ਨੇ ਰਾਵਣ ਮਾਂ ਜਾਨ ਬਚਾਉਂਦੇ, ਹਾਂ ਜੀ ਨਾ ਜੀ, ਅਸੀਂ ਤਾਂ ਨਾ ਤੈ ਸਾਹ ਲੈਂਦਾ ਦੇਖਿਆ ਹੋ ਕਿੱਦੇ ਉਹਨੇ ਚੀਕਾਂ ਮਾਰੀਆਂ ਵੀ ਹਾਏ ਬਾਪੂ ਸਾੜਤਾ, ਪੜਾਕੇ ਪਾਏ ਹੁੰਦੇ ਨੇ ਜੀ, ਚਲੋ ਜੀ ਫਿਰ ਤੁਸੀਂ ਦੱਸ, ਜੀ ਬਰਾਕ ਤਾਂ ਲਗਭਗ ਹਾਰ ਗਈ ਹੁਣ, ਤੁਸੀਂ ਦੱਸ, ਇਹ ਫੌਜੀ ਹੈ ਜੀ ਜਿਹੜਾ ਸਾਰੀ ਉਮਰ ਜਵਾਨ ਰਹਿੰਦਾ, ਜਿਹਨੂੰ ਆਪਾਂ ਜਵਾਨ ਹੀ ਕਹਿੰਦੇ, ਫੌਜੀ ਜਵਾਨ ਨੀ ਕਹਿੰਦੇ ਜਵਾਨ ਕਹਿੰਦੇ, ਵੀ ਇਹ ਦੇਸ਼ ਦਾ ਜਵਾਨ, ਠੀਕ ਹੈ ਜੀ, ਠੀਕ ਹੈ ਜੀ, ਹਾਂ।